ਇੱਥੇ ਤੁਸੀਂ ਵੇਖ ਲਓ, ਇੱਥੇ ਜਿਮੀਦਾਰਾਂ ਦੇ ਘਰ ਆ, ਇਸ ਘਰ ਵਿੱਚ ਕਿਸੇ ਦੇ ਮੁੰਡਾ ਨਹੀਂ ਕੋਈ ਰਹਿ ਗਿਆ, ਸਾਰੇ ਵਿਦੇਸ਼ ਜਾ ਰਹੇ, ਇਸੇ ਪ੍ਰਸ਼ਾਸਨ ਤੋਂ ਦੁਖੀ ਹੋ ਗਏ, ਸਾਰੇ ਬਾਹਰ ਜਾ ਰਹੇ ਨੇ, ਕੋਈ ਇੱਥੇ ਨੌਜਵਾਨ ਨਹੀਂ ਰਹਿ ਗਿਆ, ਜਿਹੜੇ ਰਹਿ ਗਏ ਉਹਨਾਂ ਵੀ ਨਹੀਂ ਇੱਥੇ ਰਹਿਣਾ, ਪੈੜੀਆਂ ਵੇਚ ਕੇ ਜਾਣਗੇ ਬਾਹਰ, ਕੋਈ ਪ੍ਰਸ਼ਾਸਨ ਨਹੀਂ ਸੁਣਦਾ ਪਿਆ, ਬਣ ਸਾਈਡ ਉੱਟ ਕੇ ਅਸੀਂ 10 ਸਾਲ ਪਿੱਛੇ ਪੈ ਗਏ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਜੋ ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਤਾਂ ਦੂਰ ਬਲਕਿ ਹੜ੍ਹ ਪੀੜਤਾਂ ਦੇ ਲਈ ਖੁਦ ਹੀ ਸਿਰਦਰਦੀ ਬਣ ਗਏ ਹਨ। ਅਸੀਂ ਪਾਣੀ ਚੋਂ ਨਿਕਲ ਕੇ ਆਏ ਹਾਂ, ਥੱਲਿਓਂ ਰੋਡ ਤੇ ਆਏ ਹਾਂ, ਪਾਣੀ ਚੋਂ ਨਿਕਲ ਕੇ ਆਪਣੇ ਘਰਾਂ ਤੋਂ, ਰੋਡ ਤੋਂ ਸਾਨੂੰ ਥੱਲੇ ਸੁੱਟਣਾ ਚਾਹੁੰਦੇ ਆ, ਕਹਿੰਦੇ ਸੀਐਮ ਆ ਰਿਹਾ ਤੁਸੀਂ ਰੋਡ ਤੋਂ ਥੱਲੇ ਜਾਓ, ਅਸੀਂ ਪਾਣੀ ਚ ਖੜ ਜਾਈਏ, ਸੀਐਮ ਆ ਰਿਹਾ ਤਾਂ ਇੱਥੇ ਰੱਸੀਆਂ ਲਾਈਆਂ ਜਾ ਰਹੀਆਂ, ਸਾਡਾ ਮੋਟਰਸਾਈਕਲ ਸਾਈਡ ਤੇ ਖੜਾ, ਕਹਿੰਦੇ ਇਹਨੂੰ ਲੈ ਜਾਓ ਪਾਣੀ ਚ ਵਾਲ ਲਈਏ ਯਾਰ ਮੋਟਰਸਾਈਕਲ, ਸੀਐਮ ਆ ਰਿਹਾ ਕਹਿੰਦੇ ਰੋਡ ਛੱਡ ਦਿਓ, ਲੋਕੀ ਕਿੱਥੇ ਜਾਣ, ਲੋਕੀ ਤਾਂ ਰੋਡ ਤੇ ਅੱਗੇ ਆਏ ਥੱਲਿਓਂ ਨਿਕਲ ਗਏ, ਸੀਐਮ ਆ ਰਿਹਾ, ਸਾਰੀ ਸਕਿਉਰਿਟੀ ਦਾ ਰੱਸੀਆਂ ਲਾਈ ਜਾਂਦੇ ਆ, ਉਹਨੂੰ ਅਸੀਂ ਬਣਾਇਆ, ਵੋਟਾਂ ਅਸੀਂ ਪਾਈਆਂ ਪਾ ਕੇ ਉਹਨੂੰ ਸੀਐਮ ਬਣਿਆ ਉਹ, ਤੇ ਉਹਨਾਂ ਬੰਦਿਆਂ ਤੋਂ ਉਹਨੂੰ ਡਰ ਲੱਗਦਾ ਵੀ ਇਹ ਰੱਸੀਆਂ ਲਾ ਕੇ ਇਹਨੂੰ ਥੱਲੇ ਲੈ ਜਾਓ, ਕੀ ਡਰਾਮਾ ਇਹ, ਕਿੰਨੀ ਸਿਕਿਉਰਿਟੀ, ਕਾਹਦੀ ਸਿਕਿਉਰਿਟੀ, ਕਾਹਦਾ ਡਰ ਲੱਗਦਾ ਉਹਨੂੰ। ਇੱਥੇ ਤੁਸੀਂ ਵੇਖ ਲਓ, ਇੱਥੇ ਜਿਮੀਦਾਰਾਂ ਦੇ ਘਰ ਆ, ਇਸ ਘਰ ਵਿੱਚ ਕਿਸੇ ਦੇ ਮੁੰਡਾ ਨਹੀਂ ਕੋਈ ਰਹਿ ਗਿਆ, ਸਾਰੇ ਵਿਦੇਸ਼ ਜਾ ਰਹੇ, ਇਸੇ ਪ੍ਰਸ਼ਾਸਨ ਤੋਂ ਦੁਖੀ ਹੋ ਗਏ, ਸਾਰੇ ਬਾਹਰ ਜਾ ਰਹੇ ਨੇ, ਸਾਰੇ ਘਰਾਂ ਦੇ ਘਰ ਖਾਲੀ ਹੋ ਗਏ, ਇੱਥੇ ਕੋਈ ਇੱਥੇ ਨੌਜਵਾਨ ਨਹੀਂ ਰਹਿ ਗਿਆ, ਜਿਹੜੇ ਰਹਿ ਗਏ ਉਹਨਾਂ ਵੀ ਨਹੀਂ ਇੱਥੇ ਰਹਿਣਾ, ਪੈੜੀਆਂ ਵੇਚ ਕੇ ਜਾਣਗੇ ਬਾਹਰ, ਕਿਉਂ ਨਾ ਜਾਣ, ਸਾਰੇ ਦੁਖੀ ਕਰਦੇ ਪਏ, ਇੱਥੇ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਪਿਆ, ਬਣ ਸਾਈਡ ਉੱਟ ਕੇ ਅਸੀਂ 10 ਸਾਲ ਪਿੱਛੇ ਪਏ। ਹੜ੍ਹ ਦੇ ਨਾਲ ਡੁੱਬੇ ਪੰਜਾਬ ਦੇ ਹਾਲਾਤਾਂ ਦੇ ਲਈ ਜ਼ਿੰਮੇਵਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਕੋਲੋਂ ਅੱਜ ਹਰ ਉਹ ਵਿਅਕਤੀ ਸਵਾਲ ਕਰਨਾ ਚਾਹੁੰਦਾ ਜੋ ਇਸ ਹੜ੍ਹ ਦੇ ਪਾਣੀ ਦਾ ਸੰਤਾਪ ਭੁਗਤ ਰਿਹਾ। ਪੀਐਮ ਸਾਹਿਬ ਆ ਰਹੇ, ਤੁਸੀਂ ਸੜਕ ਤੋਂ ਸਾਈਡ ਤੇ ਹੋ ਜਾਓ, ਅਸੀਂ ਕੋਈ ਚੋਰ ਡਾਕੂ ਆ, ਜੇ ਸਾਨੂੰ ਕਹੀ ਜਾਂਦੇ ਸਾਈਡ ਤੇ ਹੋ ਜਾਓ, ਸਾਈਡ ਤੇ ਹੋ ਜਾਓ, ਅਸੀਂ ਕੁਛ ਨਾ ਕਹਿ ਰਹੇ, ਅਸੀਂ ਉਹਨਾਂ ਮਿਲਣ ਵਾਸਤੇ ਆਏ ਆ, ਸਾਡਾ ਘਰੇ ਤੋਂ ਕਰੀਬ 2-2.5 ਕਿਲੋਮੀਟਰ ਦੂਰ ਆ, ਸਾਡੇ ਘਰਾਂ ਵਿੱਚ 10-10 ਫੁੱਟ ਪਾਣੀ ਆਇਆ ਪਿਆ, ਅਸੀਂ ਉਹਨਾਂ ਨੂੰ ਮਿਲਣ ਵਾਸਤੇ ਕਿਸ਼ਤੀ ਵਿੱਚ ਇੱਥੇ ਆਏ ਆ, ਸਾਨੂੰ ਕਹਿੰਦੇ ਤੁਸੀਂ ਨਹੀਂ ਉਹਨਾਂ ਮਿਲਣਾ, ਤੁਸੀਂ ਸਾਈਡ ਤੇ ਹੋ ਜਾਓ। ਇਹ ਨੇ ਹਾਲਾਤ ਦੇ ਮਾਰੇ ਉਹ ਲੋਕ ਜੋ ਆਪਣੀਆਂ ਮੁਸ਼ਕਲਾਂ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦੇ ਨੇ, ਪਰ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਨਾ ਮਿਲ ਕੇ ਦੂਰ ਤੋਂ ਹੀ ਖਾਨਾ ਪੂਰਤੀ ਕਰ ਰਹੇ ਨੇ।